ਅਸਲਾਮੁਅਲੈਕਮ ਵੇ ਦੋਸਤੋ। ਅੱਛਾ ਜੀ, ਅੱਜ ਇੱਕ ਰੈਸਪੀ ਸ਼ੇਅਰ ਕਰਨ ਲੱਗਾ ਦੋਸਤਾਂ ਨਾਲ ਸੋਸ ਬਣਾਉਣ ਦੀ। ਮਾਸ਼ਾਅੱਲਾ ਅਸੀਂ ਆਪਣੇ ਰੈਸਟੋਰੈਂਟ ਵਾਸਤੇ ਸੋਸ ਬਣਾ ਰਹੇ ਹਾਂ। 10 ਕਿਲੋ ਇਹਦੇ ਵਾਸਤੇ ਅਸੀਂ ਪਿਆਜ਼ ਲਿਆ ਹੈ, ਉਹਨੂੰ ਛਿੱਲ ਕੇ ਸਾਫ਼ ਕਰਕੇ ਪੀਲੇ ਵਿੱਚ ਸੁੱਟ ਦੇਣਾ, ਅਤੇ ਨਾਲ ਹੀ ਉਹਦੇ 2 ਕਿਲੋ ਜਿਹੜਾ ਪਾਣੀ ਸ਼ਾਮਿਲ ਕਰ ਦੇਣਾ, ਇਹਨੂੰ ਉਬਾਲਾ ਦਵਾਉਣਾ ਚੰਗਾ। 1/2 ਘੰਟੇ ਤੱਕ ਜਿਹੜਾ ਉਹ ਪਿਆਜ਼ ਅਤੇ ਤੁਹਾਡਾ ਜਿਹੜਾ ਵੀ ਨਾ ਸਾਰਾ ਮਟੀਰੀਅਲ ਪਾਣੀ ਵਗੈਰਾ ਇਹ ਪੱਕੇ। 1/2 ਘੰਟੇ ਤੋਂ ਬਾਅਦ ਫਿਰ ਇਹਨੂੰ ਹਿਲਾ ਕੇ ਇਹਦੇ ਵਿੱਚ ਪਾ ਦਿਓ ਤੁਸੀਂ 5 ਚਮਚ ਨਮਕ, ਹਲਦੀ 2 ਚਮਚ, ਸੁਰਖ ਮਿਰਚ 2 ਚਮਚ, ਜ਼ੀਰਾ 2 ਚਮਚ, ਸੁੱਕਾ ਧਨੀਆ 2 ਚਮਚ, ਅਤੇ ਪਾਓ ਲਸਣ ਅਤੇ ਪਾਓ ਅਦਰਕ ਪਾ ਕੇ ਜਨਾਬ ਇਹਨੂੰ ਹਿਲਾ ਕੇ ਇੱਕ ਵਾਰੀ, ਅਤੇ 1/2 ਘੰਟੇ ਵਾਸਤੇ ਇਹਨੂੰ ਮਜ਼ੀਦ ਜਿਹੜਾ ਨਾ ਤੇਜ਼ ਅੱਗ ਉੱਤੇ ਪਕਾਉਣਾ ਵਾ। ਠੀਕ ਹੋ ਗਿਆ ਜੀ। ਇਸ ਤੋਂ ਬਾਅਦ ਫਿਰ 1/2 ਘੰਟਾ ਲਵਾਉਣ ਤੋਂ ਬਾਅਦ ਤੁਸੀਂ ਜਨਾਬ ਇਹਨੂੰ ਹਿਲਾ ਕੇ ਚੰਗੀ ਤਰ੍ਹਾਂ ਇੱਕ ਵਾਰੀ ਅਤੇ ਫਿਰ ਪਾ ਦੇਣਾ ਵਿੱਚ ਟਮਾਟੋ ਸੋਸ, ਤਕਰੀਬਨ 7 ਕਿਲੋ ਜਿਹੜੀ ਹੈ 10 ਕਿਲੋ ਪਿਆਜ਼ ਵਿੱਚ, ਅਤੇ 2 ਕਿਲੋ ਜਿਹੜਾ ਕੁਕਿੰਗ ਆਇਲ ਜਿਹੜਾ ਇਹ ਸ਼ਾਮਿਲ ਕਰ ਦੇਣਾ ਮੈਂ, ਅਤੇ ਇਹਨੂੰ ਮਿਕਸ ਕਰਕੇ ਇੱਕ ਵਾਰ 1/2 ਘੰਟੇ ਵਾਸਤੇ ਇਹਨੂੰ ਮਜ਼ੀਦ ਪੱਕਣ ਦੇਣਾ ਤੇਜ਼ ਅੱਗ ਉੱਤੇ ਜੀ। ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਢੱਕਣ ਚੋ ਕੇ ਇੱਕ ਦਫ਼ਾ ਮਜ਼ੀਦ ਹਿਲਾ ਕੇ ਜਨਾਬ ਇਹਦੇ ਵਿੱਚ ਗਰੈਂਡਰ ਮਾਰਨਾ। ਅਲਹਮਦੁਲਿਲਾ ਸਾਰਾ ਜਿਹੜਾ ਮਿਕਸਚਰ ਇੱਕ ਜੈਸਾ ਹੋ ਜਾਏਗਾ। ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਮੱਠੀ ਜਿਹੀ ਅੱਗ ਕਰਕੇ ਅਤੇ 2 ਘੰਟੇ ਵਾਸਤੇ ਦਮ ਲਵਾ ਦੇਣਾ, ਅਤੇ ਅਲਹਮਦੁਲਿਲਾ ਤੁਹਾਡੀ ਸੋਸ ਜਿਹੜੀ ਬਿਹਤਰੀਨ ਪੱਕ ਕੇ ਤਿਆਰ ਹੋ ਜਾਏਗੀ। ਅਤੇ ਲਵ ਯੂ ਸਾਰਿਆਂ ਦੋਸਤਾਂ ਨੂੰ ਬਹੁਤ ਸ਼ੁਕਰੀਆ। ਘਰ ਵਿੱਚ ਵੀ ਤੁਸੀਂ ਇਹ ਰੈਸਪੀ ਜਿਹੜਾ ਟਰਾਈ ਕਰ ਸਕਦੇ ਹੋ, ਖਾਣੇ ਛਾਣੇ ਬਣਾਉਣੇ ਹੋਣ ਜ਼ਿਆਦਾ ਅਤੇ 1 ਦਿਨ ਪਹਿਲਾਂ ਤੁਸੀਂ ਇਹਨੂੰ ਬਣਾ ਲਵੋ। ਅਤੇ ਨਾਰਮਲ ਫਰਿੱਜ ਵਿੱਚ ਇਨਸ਼ਾਅੱਲਾ ਜਦੋਂ ਤਿਆਰ ਹੋ ਜਾਏਗੀ, ਤੁਸੀਂ 1 ਹਫ਼ਤੇ ਤੋਂ ਜ਼ਿਆਦਾ ਇਹਨੂੰ ਇਸਤੇਮਾਲ ਨਹੀਂ ਕਰ ਸਕਦੇ। ਜ਼ਿਆਦਾ ਤੋਂ ਜ਼ਿਆਦਾ ਇਹਦਾ ਟਾਈਮ ਜਿਹੜਾ 1 ਹਫ਼ਤਾ ਹੈ, ਬਿਹਤਰ ਇੱਕ 3-4 ਦਿਨ ਇਸਤੇਮਾਲ ਕਰੋ। ਅਤੇ ਅਗਰ ਫਰੀਜ਼ ਕਰ ਲਵੋ ਇਹਨੂੰ, ਤਾਂ ਤੁਸੀਂ 1 ਮਹੀਨੇ ਤੱਕ ਵੀ ਇਹਨੂੰ ਇਸਤੇਮਾਲ ਕਰ ਸਕਦੇ ਹੋ, ਜਾਂ ਇਸ ਤੋਂ ਜ਼ਿਆਦਾ ਵੀ ਚੱਲ ਜਾਏਗੀ, ਕਿਉਂਕਿ ਫਰੀਜ਼ ਹੋਈ ਚੀਜ਼ 'ਤੇ ਜ਼ਿਆਦਾ ਦੇਰ ਕਰ ਜਾਂਦੀ। ਅਤੇ ਬਹੁਤ ਸ਼ੁਕਰੀਆ ਜਨਾਬ, ਵੀਡੀਓ ਅੱਛੀ ਲੱਗੀ ਤਾਂ ਇਹਨੂੰ ਲਾਈਕ ਔਰ ਸ਼ੇਅਰ ਕਰ ਦਿਓ। ਬਹੁਤ ਸ਼ੁਕਰੀਆ ਜਨਾਬ। ਅਜਵਾ ਰੈਸਟੋਰੈਂਟ ਕਲੋਨੀ ਵੀ ਅਬਰੇਸ਼ੀਆ 73। ਅਸਲਾਮ ਵਾਲੇਕਮ।